ਪੂਰੇ ਦੀ ਹਜ਼ੂਰੀ 'ਚ ਬੈਠੇ ਹੋ, ਅਰਦਾਸ ਕਰੋ, ਬੇਨਤੀਆਂ ਕਰੋ। ਆ ਪੰਗਤੀ ਸਾਹਮਣੇ ਆ ਗਈ, ਆਖਾਂ ਜੀਵਾਂ ਵਿਸਰੈ ਵਰ। ਉਹ ਸੱਚਿਆ ਪਾਤਸ਼ਾਹ ਇਹ ਕਿਰਪਾ ਕਰ ਦਿਓ ਸਾਡੇ ਤੇ, ਇਹ ਰਲ ਕੇ ਸਾਰੇ ਅਰਦਾਸ ਕਰਿਓ ਰਲ ਕੇ। ਪਤਾ ਨਹੀਂ ਤੁਹਾਡੇ ਚੋਂ ਕਿਹੜੀ ਬਖਸ਼ੀ ਰੂਹ ਬੈਠੀ ਹੋਵੇ ਜਿਹਦੀ ਪੁਕਾਰ ਦਰ ਤੇ ਸੁਣੀ ਜਾਵੇ। ਜਿਹੜੇ ਤਾਂ ਇਸ ਅਵਸਥਾ ਤੇ ਪਹੁੰਚ ਗਏ ਨੇ ਕਿ ਆਖਾਂ ਜੀਵਾਂ ਵਿਸਰੈ। ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ, ਤੜਫਦੀ ਹੈ, ਉਹਦੀ ਤੜਫਣ ਦੇਖਿਆ ਕਰੋ, ਤੜਫਣ ਕਿੱਡਾ ਤੜਫਦੀ। ਉਹ ਕਹਿੰਦੀ ਮੈਂ ਗਈ ਇੱਦਾਂ 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 ਫੜਫੜਾਉਂਦੀ ਆ, ਮੈਂ ਗਈ। ਚੁੱਕ ਕੇ ਪਾਣੀ 'ਚ ਸੁੱਟ ਦਿਓ, ਕਹਿੰਦੇ ਮੈਂ ਬਚ ਗਈ। ਪਾਣੀ 'ਚ ਸੁੱਟ ਦਿਓ, ਐਂ ਭੱਜਦੀ ਜਾਂਦੀ, ਕਹਿੰਦੇ ਮੈਂ ਬਚ ਗਈ। ਜਿਸ ਦਿਨ ਤੇਰਾ ਰਹਿਰਾਸ ਛੁੱਟ ਜਾਵੇ ਤੂੰ ਵੀ ਕਵੇਂ ਮੈਂ ਗਿਆ। ਪੀੜ ਪੈਂਦੀ, ਦਰਦ ਹੋਇਆ ਕਦੇ? ਰਹਿਰਾਸ ਛੁੱਟੇ ਤਾਂ ਕਦੇ ਦਰਦ ਹੋਇਆ? ਜਿਸ ਦਿਨ ਨਿਤਰੇਮ ਛੁੱਟ ਜਾਵੇ ਐਸਾ ਦਰਦ ਹੋਵੇ ਕੁਝ ਚੰਗਾ ਹੀ ਨਾ ਲੱਗੇ, ਜਿਸ ਦਿਨ ਸਤਸੰਗ ਛੁੱਟ ਜਾਵੇ, ਅੰਮ੍ਰਿਤ ਵੇਲਾ ਛੁੱਟ ਜਾਵੇ, ਉਹ ਕੁਝ ਚੰਗਾ ਹੀ ਨਾ ਲੱਗੇ। ਬੁਝਿਆ ਜਾ ਦਿਲ ਰਵੇ, ਬੁਝਿਆ ਮਰਿਆ ਜਾ ਦਿਲ। ਅਗਲੇ ਦਿਨ ਤੈਨੂੰ ਫਿਰ ਆ ਬਲ ਮਿਲੇਗਾ, ਨਹੀਂ ਹੁਣ ਮੈਂ ਆ ਕੰਮ ਕਰਨਾ ਹੀ ਕਰਨਾ। ਜਿਹਦੀ ਤਾਂ ਅਵਸਥਾ ਪਹੁੰਚ ਗਈ ਭਾਈ, ਜਿਹਨੂੰ ਇਹ ਅਵਸਥਾ ਮਿਲ ਗਈ ਹੈ, ਆਖਾਂ ਜੀਵਾਂ ਵਿਸਰੈ ਮਰ ਜਾ। ਮੁਬਾਰਕ ਭਾਗਾਂ ਵਾਲੇ, ਇਹ ਅਵਸਥਾ ਮਿਲਣ ਦੇ ਬਾਅਦ ਵੀ ਬੇਨਤੀਆਂ ਲਾਈ ਰੱਖਣ, ਤੇ ਜਿਨ੍ਹਾਂ ਨੂੰ ਇਹ ਅਵਸਥਾ ਨਹੀਂ ਮਿਲੀ ਫਿਰ ਸਾਰੇ ਜੋਦੜੀਆਂ ਕਰੋ, ਸੱਚਿਆ ਪਾਤਸ਼ਾਹ ਮੈਂ ਅਵਸਥਾ ਸੁਣੀ ਹੈ, ਅੱਜ ਤੱਕ ਮੈਂ ਸੁਣਦਾ ਆਇਆ ਵਾਂ ਕਿ ਆਖਾਂ ਜੀਵਾਂ ਵਿਸਰੈ ਮਰ। ਇਹ ਕਿਹੜੀ ਅਵਸਥਾ? ਇਸ ਅਵਸਥਾ ਦਾ ਰੰਗ ਕੀ? ਇਸ ਅਵਸਥਾ ਦੇ ਵਿੱਚ ਕਿਹੜੀਆਂ ਮੌਜਾਂ ਨੇ? ਇਹ ਅਵਸਥਾ ਦੇ ਵਿੱਚ ਬੰਦਾ ਕਿੱਦਾਂ ਵਿਚਰਦਾ ਹੈ? ਉਹ ਸੱਚਿਆ ਪਾਤਸ਼ਾਹ ਮਰਨ ਤੋਂ ਪਹਿਲਾਂ ਇੱਕ ਵਾਰੀ ਇਸ ਅਵਸਥਾ ਦਾ ਸਵਾਦ ਚਖਾ ਦੇਈ। ਆਖੋ ਸਤਨਾਮ। ਇਹ ਨਾ ਹੋਵੇ, ਇੱਥੇ ਆਇਆ ਮਰ ਖੱਪ ਗਿਆ, ਖਾਲੀ ਸਾਰੀ ਜ਼ਿੰਦਗੀ ਸੁਣਦਾ ਤੇ ਪੜਦਾ ਰਿਹਾ, ਝੂਮ ਝੂਮ ਕੇ ਪੜਦਾ ਰਿਹਾ, ਅੱਖਾਂ ਜੀਵਾਂ ਵਿਸਰੇ ਮਰ ਜਾ, ਪਰ ਸਵਾਦ ਨਹੀਂ ਲੈ ਸਕੇ। ਸਾਰੀ ਜ਼ਿੰਦਗੀ ਮੈਂ ਕਹਿੰਦਾ ਰਿਹਾ ਸ਼ੱਕਰ ਮਿੱਠੀ, ਸ਼ੱਕਰ ਮਿੱਠੀ, ਸ਼ੱਕਰ ਖਾਧੀ ਨਹੀਂ ਕਰ। ਹਾਂ, ਜੇ ਖਾ ਲੈਂਦਾ ਫਿਰ ਮੈਂ ਸ਼ਾਇਦ ਪੂਰੇ ਤਰੀਕੇ ਦੇ ਨਾਲ ਦੱਸ ਸਕਦਾ ਕਿ ਕਿੰਨੀ ਮਿੱਠੀ ਆ ਤੋ ਸਤਨਾਮ। ਆ ਕਰੋ ਬੇਨਤੀਆਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਜਿਨ੍ਹਾਂ ਦੀ ਹਾਲੇ ਅਵਸਥਾ ਨਹੀਂ ਪਹੁੰਚੀ ਨਾ, ਅੱਖਾਂ ਜੀਵਾਂ ਵਿਸਰੈ ਮਰ ਜਾਓ। ਇਹ ਬੜੀ ਉੱਚੀ ਅਵਸਥਾ ਹੈ ਔਰ ਬੜੀ ਸੁੱਚੀ ਅਵਸਥਾ ਹੈ। ਬੇਨਤੀਆਂ ਕਰੋ ਸੱਚੇ ਪਾਤਸ਼ਾਹ ਇੱਕ ਵਾਰੀ ਇਹ ਅਵਸਥਾ ਦਾ ਸਵਾਦ ਚਖਾ ਦਿਓ। ਆਖੋ ਸਤਨਾਮ। ਇੱਕ ਵਾਰੀ ਇਹ ਅਵਸਥਾ ਦਾ ਸਵਾਦ ਚਖਾ ਦਿਓ। ਕਿਵੇਂ ਕਹੋਗੇ? ਆਖਾਂ ਜੀਵਾਂ, ਆਖਾਂ ਜੀਵਾਂ, ਆਖਾਂ ਜੀਵਾਂ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣਿਓ ਖਾਸਾ ਜਾਣਾਓ।